पंजाब सरकार दे वल्लों किसानां नूं पराली नूं अग ना लगाउण दी अपील कीती जा रही है, पर फिर भी कुछ किसान पराली नूं अग लगा रहे ने। इस नाल वातावरण प्रदूषित हो रहा है, जबकि जिला प्रशासन दे वल्लों पराली साड़न वाले किसानां नूं चेतावनी दित्ती जा रही है कि इसे कारण सख्ती भी कीती जा रही है। अमृतसर दे विच एक किसान दे वल्लों पराली नूं अग लगा दित्ती गई। इस ते कार्रवाई करन दे लई जिहड़े डीपीओ अजनाला ते डीएसपी ने मौके ते पहुंच के किसान नूं भविख दे विच पराली नूं अग लगाउण ते धारणा कीती, ते इस दे नाल ही हुण कार्रवाई लिया जाएगा, यह भी गल उस नूं कही गई है। असी इतने अजनाले के सराउंडिंग एक खेत की लोकेशन सानू जी प्राप्त हुई सी, जिथे पराली नू अग लगाई गई सी। अज असी खेत च आए, मैं मेरे नाल डीएसपी साहब सचू साहब सी, कंसर्न पटवारी सी जी, जिहड़े अपने नोडल ऑफिसर ने, इतने वेखण च पाया कि इन्हां दे खेत विच जिहड़ी उपर जिहड़ा फूस जिहा उहनूं अग लगी हुई सी। किसान नूं बुलाया गया, उन्हां दस्सिया गया कि वह ਉਹਨਾਂ ਵੱਲੋਂ ਨਹੀਂ, ਉਹਨਾਂ ਦੇ ਆਪਣਾ ਕਰਮਚਾਰੀਆਂ ਜਾਂ ਬੰਦਿਆਂ ਵੱਲੋਂ ਜਿਹੜੀ ਅੱਗ ਲਗਾਈ ਗਈ ਆ, ਜੋ ਇੰਸਟਰਕਸ਼ਨ ਸੀ ਉਹਨਾਂ ਮੁਤਾਬਿਕ ਉਹਨਾਂ ਨੂੰ ਬਣਦਾ ਉਹਦਾ ਜੁਰਮਾਨਾ ਜਿਹੜਾ ਆ ਉਹ ਇੰਪੋਜ਼ ਕਰ ਦਿੱਤਾ ਗਿਆ ਆ। ਤੇ ਬਾਕੀ ਤੋਂ ਅੱਗੇ ਉਹਨਾਂ ਦੀ ਹੋਰ ਵੀ ਖੇਤ ਹੈਗੇ, ਉਹਨਾਂ ਕਮਿਟ ਕੀਤਾ ਸਾਡੇ ਨਾਲ ਕਿ ਉਹ ਕਿਸੇ ਵੀ ਖੇਤ ਵਿੱਚ ਅੱਗ ਨਹੀਂ ਲਾਉਣਗੇ। ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਕਿਸਾਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਰਕਾਰ ਵੱਲੋਂ ਜਿਹੜੀਆਂ ਇੰਸਟਰਕਸ਼ਨਾਂ ਨੇ ਉਹਨਾਂ ਨੂੰ ਪਲੀਜ਼ ਫੋਲੋ ਕੀਤਾ ਜਾਵੇ, ਮਾਣਯੋਗ ਡੀ ਸਾਹਿਬ ਦੀਆਂ ਜੋ ਹਦਾਇਤਾਂ ਨੇ ਉਹਨਾਂ ਨੂੰ ਇਨ ਮਿਨ ਲਾਗੂ ਕੀਤਾ ਜਾਵੇ। ਉਹਨਾਂ ਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਵੀ ਸਾਡੀ ਸਾਰੇ ਪ੍ਰਸ਼ਾਸਨ ਦੀ ਹੈ ਜੀ, ਤੇ ਸਾਰੇ ਹੀ ਕਿਸਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪਰਾਲੀ ਨੂੰ ਅੱਗ ਨਾ ਲਗਾਓ, ਇਹਨੂੰ ਖੇਤਾਂ ਵਿੱਚ ਖਿਲਾਰ ਕੇ ਖੇਤ ਵਿੱਚ ਹੀ ਨਸ਼ ਕਰੋ ਜੀ। ਥੋੜਾ ਵੀ ਦੱਸ ਦਿਓ ਕਿ ਕਿਵੇਂ ਦੀ ਕਾਰਵਾਈ ਕੀਤੀ ਜਾਂਦੀ ਹੈ? ਇਹਦੇ ਵਿੱਚ ਇਹ ਹੈ ਜੀ, ਜਿਹੜਾ ਜੋ ਆਪਣਾ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਗਾਈਡਲਾਈਨਾਂ ਨੇ ਉਹਨਾਂ ਮੁਤਾਬਿਕ ਇਨਵਾਇਰਮੈਂਟ ਜੋ ਫਾਈਨ ਹੈਗਾ ਜੀ ਉਹ ਪਹਿਲੇ ਨੰਬਰ ਤੇ ਉਹ ਇੰਪੋਜ਼ ਕੀਤਾ ਗਿਆ। ਜੇ ਦੁਬਾਰਾ ਨਾਲ ਗਲਤੀ ਕਰਨਗੇ ਜੀ ਉਹਨਾਂ ਦੇ ਰਿਕਾਰਡ 'ਚ ਰੈੱਡ ਐਂਟਰੀਆਂ ਤੇ FIR ਵੀ ਦਰਜ ਕੀਤੀ ਜਾਂਦੀ ਹੈ। ਫਿਲਹਾਲ ਇਹਨਾਂ ਨੂੰ ਜਿਹੜਾ ਜੀ ਅਸੀਂ ਉਹ ਫਾਈਨ ਕੀਤਾ ਹੋਇਆ ਤੇ ਇਹਨਾਂ ਨੇ ਕਮਿਟ ਕੀਤਾ ਹੋਇਆ ਕਿ ਅੱਗੇ ਤੋਂ ਅਸੀਂ ਇਹੋ ਜਿਹੀ ਕਦੀ ਵੀ ਗਲਤੀ ਨਹੀਂ ਕਰਾਂਗੇ। ਤੁਹਾਨੂੰ ਪਤਾ ਹੀ ਹੈ ਜੀ, ਪਹਿਲਾਂ ਝੋਨੇ ਦੀ ਜਿਹੜੀ ਫਸਲ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਸੈਮੀਨਾਰ ਕਰਕੇ ਜਾਂ ਇਹਨਾਂ ਨਾਲ ਮੀਟਿੰਗ ਕਰਕੇ ਕਿਸਾਨਾਂ ਦੇ ਨਾਲ ਜਾਂ ਸਾਡੇ ਵੱਲੋਂ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਜਿਹੜਾ ਪਰਾਲੀ ਨੂੰ ਅੱਗ ਨਾ ਲਾਉਣ ਵਾਸਤੇ ਇਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀਗਾ। ਪਰ ਸਾਨੂੰ ਅੱਜ ਇੱਕ ਇਤਲਾਹ ਮਿਲੀ ਕਿ ਇੱਥੇ ਅਜਨਾਲੇ ਦੇ ਲਾਗੇ ਇੱਕ ਕਿਸਾਨ ਨੇ ਜਿਹੜੀ ਆ ਆਪਣੇ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਾਈ ਹੈ, ਜਿਹੜਾ ਅਸੀਂ ਤੁਰੰਤ BDPO ਅਜਨਾਲਾ ਸਾਹਿਬ ਦੇ ਨਾਲ ਮੌਕੇ 'ਤੇ ਪਹੁੰਚੇ ਹਾਂ ਜੀ, ਨਾਲ ਪਟਵਾਰੀ ਸਾਹਿਬ ਅਤੇ ਨਾਲ ਇਹਨਾਂ ਦਾ ਬਾਕੀ ਸਟਾਫ ਆ ਜੀ। ਇਹਨਾਂ ਨੇ ਮੁਤਾਬਕ ਸਰਕਾਰ ਦੇ ਹੁਕਮਾਂ ਮੁਤਾਬਕ ਜਿਹੜੀ ਆਪਣੀ ਕਾਰਵਾਈ ਕੀਤੀ ਹੈ ਜੀ, ਉਹਨਾਂ ਨੂੰ ਜੁਰਮਾਨਾ ਕੀਤਾ। ਅਗਰ ਇਹ ਦੁਬਾਰਾ ਕਰਨਗੇ ਜਾਂ ਇਹ ਜੁਰਮਾਨਾ ਤਾਰਨ ਤੋਂ ਇਨਕਾਰ ਕਰਦੇ ਨੇ ਤਾਂ ਫਿਰ ਇਹਨਾਂ ਦੇ ਖਿਲਾਫ਼ ਅਸੀਂ FIR ਕਰਾਂਗੇ। ਔਫਿਸ ਸਟੇਸ਼ਨ ਬਾਹਰ ਗਿਆ ਸੀ ਤੇ ਬੰਦਿਆਂ ਨੌਕਰਾਂ ਨੇ ਪਿੱਛੋਂ ਅੱਗ ਲਾਤੀ, ਆਪਾਂ ਗਾਂ ਤੋਂ ਅਸੀਂ ਇਸ ਚੀਜ਼ ਦੇ ਉੱਤੇ ਕੰਟਰੋਲ ਕਰਾਂਗੇ, ਅਸੀਂ ਇਹ ਤਰ੍ਹਾਂ ਦੀ ਗਾਂ ਨਹੀਂ ਅੱਗ ਲਾਵਾਂਗੇ ਜੀ। ਮਹਿਸੂਸ ਕੀਤਾ ਵੀ ਤੁਹਾਡੇ ਬੰਦਿਆਂ ਨੇ ਗਲਤ ਕੀਤਾ? ਹਾਂਜੀ, ਅਸੀਂ ਗਲਤੀ ਇਹ ਮਹਿਸੂਸ ਕੀਤੀ ਕਿ ਸਾਡੇ ਬੰਦਿਆਂ ਨੇ ਕੰਮ ਗਲਤ ਕੀਤਾ ਜੀ। ਤੇ ਪ੍ਰਸ਼ਾਸਨ ਪਹੁੰਚਿਆ? ਹਾਂਜੀ ਪੂਰਾ ਜੀ, ਪ੍ਰਸ਼ਾਸਨ ਪਹੁੰਚਿਆ, ਉਹਨਾਂ ਨੇ ਵਧੀਆ ਗੱਲ ਵੀ ਵਧੀਆ ਕੀਤੀ ਹੈ ਪ੍ਰਸ਼ਾਸਨ ਨੇ, ਪਰ ਅਸੀਂ ਜਿਹੜਾ ਸਾਨੂੰ ਉਹਨਾਂ ਨੇ ਜੋ ਆਖਿਆ ਹਦਾਇਤਾਂ ਗਾਂ ਤੋਂ ਗਈ ਹੋਊਗਾ ਇਸ ਤਰ੍ਹਾਂ ਦੀ।